ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਫਗਵਾੜਾ ਵਿਖੇ ਲੁੱਟ ਖੋਹ ਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਪੁਲਿਸ ਵੀ ਹੱਥ ਤੇ ਹੱਥ ਧਰ ਕੇ ਬੈਠੀ ਹੋਈ ਹੈ ਤੇ ਸੁਰੱਖਿਆ ਦੇ ਸਿਰਫ ਝੂਠੇ ਦਾਅਵੇ ਕਰ ਰਹੀ ਹੈ ਤੇ ਪੁਲਿਸ ਦੇ ਇਹਨਾਂ ਝੂਠੇ ਦਾਅਵਿਆਂ ਦੀ ਉਸ ਸਮੇਂ ਪੋਲ ਖੁੱਲ ਗਈ ਜਦੋਂ ਇੱਕ ਹੋਰ ਚੋਰੀ ਦਾ ਮਾਮਲਾ ਨਿਊ ਮਾਡਲ ਟਾਊਨ ਫਗਵਾੜਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਦੁਕਾਨ 'ਚੋਂ ਚੋਰ ਨਕਦੀ ਲੈ ਕੇ ਫਰਾਰ ਹੋ ਗਏ। ਇਸ ਮਾਮਲੇ ਸੰਬੰਧੀ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਉਸਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਤੇ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਰਵਾਜ਼ਾ ਤੋੜ ਕੇ ਦਿੱਤਾ। ਫਿਲਹਾਲ ਉਹਨਾਂ ਨੇ ਇਸ ਮਾਮਲੇ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ। ਮੈਂ ਜੀ ਰੈਜੀਡੈਂਸ ਮੇਰਾ ਹੈਗਾ 53 ਅਪੋਜ਼ਿਟ ਹੈੱਡ ਪੋਸਟ ਆਫ ਨਿਊ ਮਾਲ ਟਾਊਨ ਫਗਵਾੜਾ। ਤੇ ਕੀ ਮਾਮਲਾ ਆਇਆ, ਕਿਹੜੀ ਜਗ੍ਹਾ ਦੁਕਾਨ ਹੈ ਤੁਹਾਡੀ? ਗਾਨਿੰਦਰਾ ਨਗਰ ਮੰਦਿਰ ਦੇ ਸਾਹਮਣੇ ਜੀ। ਤੇ ਕਿੰਨੇ ਕੁ ਦਾ ਨੁਕਸਾਨ ਆਇਆ ਤੁਹਾਡੇ? ਐਕਚੁਅਲੀ ਉਹਦਾ ਹੁਣ ਗਿਣ ਕੇ ਪਤਾ ਲੱਗੂ, ਅਕਾਊਂਟੈਂਟ ਦੱਸੂਗਾ ਕੈਸ਼ ਇਨ ਹੈਂਡ ਕਿੰਨਾ ਹੋਇਆ ਕੀ ਸੀਗਾ ਕੀ ਨਹੀਂ। ਸਾਡਾ ਤਾਂ ਸੋਰੀ ਪੱਕੇ ਦਾ ਹੀ ਕੰਮ ਹੈਗਾ, ਕੋਈ ਕੈਸ਼ ਦੀ ਸੇਲ ਵੈਸੇ ਤਾਂ ਨਹੀਂ ਹੈਗੀ। ਸਾਹਮਣੇ ਦੁਕਾਨ ਵਾਲੇ ਫੋਨ ਕੀਤਾ, ਤੁਹਾਡੇ ਸਾਹਮਣੇ ਤਾਰ ਲਮਕਦੀ ਹੈਗੀ ਹੈ ਤੇ ਤੁਸੀਂ ਆ ਕੇ ਦੇਖੋ ਕਾਹਦੀ ਤਾਰ ਹੈਗੀ ਹੈ। ਅਸੀਂ ਤਾਂ ਕਿਹਾ ਸ਼ਾਇਦ ਕੋਈ ਇੰਟਰਨੈਟ ਦੀ ਤਾਰ ਵਗੈਰਾ ਟੁੱਟ ਗਈ ਹੈ, ਅਸੀਂ ਤਾਂ ਦੇਖਣ ਆਏ ਤਾਂ ਸਾਨੂੰ ਸ਼ੱਕ ਪਿਆ ਕਿ ਖਿੜਕੀ ਵੀ ਖੁੱਲੀ ਹੈ। ਕੀ ਲੱਗਦਾ ਚੋਰ ਤਾਰਾਂ ਹੀ ਉਤਰ ਕੇ ਆਏ? ਤਾਰ ਵਾਲੇ ਉਤਰਿਆ ਹੀ ਨਹੀਂ ਉਤਰਿਆ ਤੇ ਕਿੱਥੋਂ ਆਇਆ, ਚੜਿਆ ਕਿੱਦਾਂ ਇਹ ਨਹੀਂ ਪਤਾ। ਕੀ ਲੱਗਦਾ ਤੁਹਾਨੂੰ, ਕਿਸੇ ਸ਼ੱਕ ਕੋਈ ਹੈ? ਕੁਛ ਨਹੀਂ ਕਹਿ ਸਕਦੇ। ਮੌਸਮ ਜ਼ਿਆਦਾ ਖਰਾਬ ਸੀ, ਧੁੰਦ ਵਗੈਰਾ ਬਹੁਤ ਸੀ, ਉਹਦੇ ਕਰਕੇ ਵਿਜੀਬਿਲਟੀ ਇੰਨੀ ਨਹੀਂ ਸੀਗੀ, ਨਹੀਂ ਵੀ ਉੱਥੇ ਤਾਂ ਕਲੀਅਰ ਹੋ। ਜਿੱਦਾਂ ਕਿ ਤੁਹਾਡੀ ਦੁਕਾਨ ਤੋਂ ਥੋੜੀ ਦੂਰ ਤੇ 26 ਜਨਵਰੀ ਜਿਹੜਾ ਜੀ ਸਮਾਗਮ ਕਰਵਾਇਆ ਗਿਆ ਸੀਗਾ, ਠੀਕ ਹੈ, ਔਰ ਪੁਲਿਸ ਨੂੰ ਇੰਨੀ ਸਖਤ ਪ੍ਰਬੰਧ ਸੀਗੇ, ਫੇਰ ਵੀ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਨਾਕਾਮੀ ਹੈਗੀ ਹੈ ਜੀ? ਗਲਤੀ ਤਾਂ ਹੈਗੀ ਹੈ, ਪੁਲਿਸ ਪ੍ਰਸ਼ਾਸਨ ਦੀ ਗਲਤੀ ਹੈਗੀ ਹੈ, ਹੈਗੀ ਹੈ। ਉਧਰ ਇਸ ਮਾਮਲੇ ਸੰਬੰਧੀ ਪੁਲਿਸ ਨੇ ਦੱਸਿਆ ਕਿ ਜਾਂਚ ਦੇ ਬਾਅਦ ਹੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇਗਾ। ਇੰਦਰਾ ਜੈਨ ਸਿੰਘ ਦੇ ਨਾਮ ਤੇ ਦੁਕਾਨ ਹੈ, ਫੋਨ ਆਇਆ ਸੀ ਸਵੇਰੇ ਵੀ ਰਾਤੀ ਕੋਈ ਨਾਮੀ ਵਿਅਕਤੀ ਚੋਰੀ ਕਰਕੇ ਲੈ ਗਿਆ ਇਹਨਾਂ ਦੇ, ਇਹਤੋਂ ਕੱਲ੍ਹ ਕੈਸ਼ ਹੀ ਲੈ ਕੇ ਗਏ, ਬਾਕੀ ਸਮਾਨ ਕੋਈ ਵੀ ਛੇੜਛਾੜ ਨਹੀਂ ਕੀਤੀ ਗਈ। ਕੈਸ਼ 1.5-2 ਲੱਖ ਦੇ ਵਿੱਚ ਦੱਸ ਰਿਹਾ ਜੀ। ਕਿਸੇ ਦੇ ਸ਼ੱਕ ਵਗੈਰਾ ਨਹੀਂ ਕੀਤੀ ਹੋਈ? ਸ਼ੱਕ ਤਾਂ ਜਿਹੜੇ ਇਹਨਾਂ ਦੇ ਇੰਪਲਾਈ ਆ ਉਹਨਾਂ 'ਤੇ ਹੀ ਹੈ, ਇਹਨਾਂ ਦੀ ਬਾਕੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੂਗਾ ਕੀ ਹੈ। ਅਤੇ ਕੀ ਕਾਰਵਾਈ ਕੀਤੀ ਜਾ ਰਹੀ ਹੁਣ? ਬਿਆਨ ਦਰਜ ਕਰਨ ਲੱਗੇ ਹਾਂ ਜੀ ਇਹਨਾਂ ਦੇ, ਉਹਦੇ ਮੁਤਾਬਕ ਜੋ ਦੇਣਗੇ ਅਤੇ ਪਰਚਾ ਦਰਜ ਕਰਕੇ ਕਾਰਵਾਈ ਕਰਾਂਗੇ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਸਾਂਝ ਟੀਵੀ, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।